ਤਾਂ ਤੇਜ਼ ਧੁੱਪ ਦੇ ਵਿੱਚ ਜਿੱਥੇ ਗਲੀਆਂ ਖਾਲੀ ਹੁੰਦੀਆਂ ਨੇ ਤਾਂ ਲੋਕ ਆਪਣੇ ਘਰਾਂ ਦੇ ਵਿੱਚ ਬੈਠੇ ਹੁੰਦੇ ਨੇ, ਉਸ ਸਮੇਂ ਚੋਰ ਵੱਡੀਆਂ ਵਾਰਦਾਤਾਂ ਕਰ ਜਾਂਦੇ ਨੇ। ਤਾਂ ਸੁਨਸਾਨ ਗਲੀ ਦੇ ਵਿੱਚ ਖੜੀ ਇਹਨਾਂ ਚੋਰਾਂ ਦੇ ਵੱਲੋਂ ਸਕੂਟੀ ਨੂੰ ਚੋਰੀ ਕੀਤਾ ਗਿਆ ਅਤੇ ਸਾਰੀ ਵਾਰਦਾਤ ਕੋਲ ਲੱਗੇ CCTV ਕੈਮਰੇ ਦੇ ਵਿੱਚ ਕੈਦ ਹੋ ਜਾਂਦੀ ਹੈ। ਤਾਂ ਤਸਵੀਰਾਂ ਵਿੱਚ ਵੇਖ ਸਕਦੇ ਹੋ ਕਿ ਬਾਈਕ 'ਤੇ ਦੋ ਚੋਰ ਆਉਂਦੇ ਨੇ, ਜਿਨ੍ਹਾਂ ਦੇ ਵਿੱਚੋਂ ਇੱਕ ਕੰਨ 'ਤੇ ਫੋਨ ਲਗਾ ਕੇ ਇੱਕ ਗਲੀ ਦੇ ਵਿੱਚ ਦਾਖਲ ਹੁੰਦਾ ਹੈ, ਜਿਸ ਤੋਂ ਬਾਅਦ ਉਹ ਇੱਕ ਸਕੂਟੀ ਨੂੰ ਵੇਖਦਾ, ਫਿਰ ਉਸਦੇ ਬੈਠਦਾ ਅਤੇ ਸਟਾਰਟ ਕਰਕੇ ਮੌਕੇ ਤੋਂ ਫਰਾਰ ਹੋ ਜਾਂਦਾ। ਤਾਂ 2 ਮਿੰਟ ਦੇ ਵਿੱਚ ਹੀ ਇਹਨਾਂ ਦੇ ਵੱਲੋਂ ਇਸ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਤਾਂ ਦੱਸਦੇ ਕਿ ਮਾਮਲਾ ਜਲੰਧਰ ਤੋਂ ਸਾਹਮਣੇ ਆਇਆ, ਜਿੱਥੇ ਚੋਰਾਂ ਦੇ ਹੌਸਲੇ ਲਗਾਤਾਰ ਬੁਲੰਦ ਹੁੰਦੇ ਜਾ ਰਹੇ ਨੇ। ਤਾਂ ਇਹਨਾਂ ਦੇ ਵੱਲੋਂ ਹੁਣ ਤੇਜ਼ ਧੁੱਪ ਦੇ ਵਿੱਚ ਵੀ ਵੱਡੀਆਂ ਵਾਰਦਾਤਾਂ ਕੀਤੀਆਂ ਜਾ ਰਹੀਆਂ ਨੇ। ਤਾਂ ਵੇਖ ਸਕਦੇ ਹੋ ਕਿ ਇਹਨਾਂ ਦੇ ਵੱਲੋਂ ਬੜੇ ਸ਼ਾਤਿਰ ਤਰੀਕੇ ਦੇ ਨਾਲ ਇਸ ਸਕੂਟੀ ਨੂੰ ਚੋਰੀ ਕੀਤਾ ਗਿਆ ਹੈ। ਤਾਂ ਇਹਨਾਂ ਦੇ ਵਿੱਚੋਂ ਇੱਕ ਜਿਹੜਾ ਚੋਰ ਹੁੰਦਾ ਉਹ ਸੜਕ 'ਤੇ ਖੜ੍ਹਾ ਹੁੰਦਾ ਜੋ ਕਿ ਧਿਆਨ ਰੱਖੀ ਬੈਠਾ ਹੁੰਦਾ, ਜਦਕਿ ਦੂਸਰਾ ਸ਼ਖਸ ਗਲੀ ਦੇ ਵਿੱਚ ਜਾ ਕੇ ਸਕੂਟੀ ਨੂੰ ਚੋਰੀ ਕਰਦਾ, ਜਿਸ ਤੋਂ ਬਾਅਦ ਇਹ ਦੋਨੇ ਮੌਕੇ ਤੋਂ ਫਰਾਰ ਹੋ ਜਾਂਦੇ ਨੇ। ਤਾਂ ਸਕੂਟੀ ਸਵਾਰ ਜਦ ਆਪਣੇ ਘਰ ਤੋਂ ਬਾਹਰ ਆ ਕੇ ਵੇਖਦਾ ਹੈ ਤਾਂ ਉਸਨੂੰ ਸਕੂਟੀ ਨਹੀਂ ਦਿਖਦੀ, ਜਿਸ ਤੋਂ ਬਾਅਦ ਜਦ ਉਹ CCTV ਕੈਮਰੇ ਚੈੱਕ ਕਰਦੇ ਨੇ ਤਾਂ ਉਹਨਾਂ ਨੂੰ ਇਸ ਵਾਰਦਾਤ ਬਾਰੇ ਪਤਾ ਲੱਗਦਾ, ਜਿਸ ਤੋਂ ਬਾਅਦ ਇਸ ਸੰਬੰਧੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਹੈ। ਤਾਂ ਪੁਲਿਸ ਦੇ ਵੱਲੋਂ ਹੁਣ CCTV ਦੇ ਆਧਾਰ 'ਤੇ ਇਹਨਾਂ ਚੋਰਾਂ ਦੀ ਭਾਲ ਕੀਤੀ ਜਾ ਰਹੀ ਹੈ। ਤਾਂ ਤੇਜ਼ ਧੁੱਪ ਦੇ ਵਿੱਚ ਜਿੱਥੇ ਗਲੀਆਂ ਖਾਲੀ ਹੁੰਦੀਆਂ ਨੇ ਤਾਂ ਲੋਕ ਆਪਣੇ ਘਰਾਂ ਦੇ ਵਿੱਚ ਬੈਠੇ ਹੁੰਦੇ ਨੇ, ਉਸ ਸਮੇਂ ਚੋਰ ਵੱਡੀਆਂ ਵਾਰਦਾਤਾਂ ਕਰ ਜਾਂਦੇ ਨੇ। ਤਾਂ ਸੁਨਸਾਨ ਗਲੀ ਦੇ ਵਿੱਚ ਖੜੀ ਇਹਨਾਂ ਚੋਰਾਂ ਦੇ ਵੱਲੋਂ ਸਕੂਟੀ ਨੂੰ ਚੋਰੀ ਕੀਤਾ ਗਿਆ ਅਤੇ ਸਾਰੀ ਵਾਰਦਾਤ ਕੋਲ ਲੱਗੇ CCTV ਕੈਮਰੇ ਦੇ ਵਿੱਚ ਕੈਦ ਹੋ ਜਾਂਦੀ ਹੈ। ਤਾਂ ਤਸਵੀਰਾਂ ਵਿੱਚ ਵੇਖ ਸਕਦੇ ਹੋ ਕਿ ਬਾਈਕ 'ਤੇ ਦੋ ਚੋਰ ਆਉਂਦੇ ਨੇ, ਜਿਨ੍ਹਾਂ ਦੇ ਵਿੱਚੋਂ ਇੱਕ ਕੰਨ 'ਤੇ ਫੋਨ ਲਗਾ ਕੇ ਇੱਕ ਗਲੀ ਦੇ ਵਿੱਚ ਦਾਖਲ ਹੁੰਦਾ, ਜਿਸ ਤੋਂ ਬਾਅਦ ਉਹ ਇੱਕ ਸਕੂਟੀ ਨੂੰ ਵੇਖਦਾ, ਫਿਰ ਉਸਦੇ ਬੈਠਦਾ ਅਤੇ ਸਟਾਰਟ ਕਰਕੇ ਮੌਕੇ ਤੋਂ ਫਰਾਰ ਹੋ ਜਾਂਦਾ। ਤਾਂ 2 ਮਿੰਟ ਦੇ ਵਿੱਚ ਹੀ ਇਹਨਾਂ ਦੇ ਵੱਲੋਂ ਇਸ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਤਾਂ ਦੱਸਦੇ ਕਿ ਮਾਮਲਾ ਜਲੰਧਰ ਤੋਂ ਸਾਹਮਣੇ ਆਇਆ, ਜਿੱਥੇ ਚੋਰਾਂ ਦੇ ਹੌਸਲੇ ਲਗਾਤਾਰ ਬੁਲੰਦ ਹੁੰਦੇ ਜਾ ਰਹੇ ਨੇ। ਤਾਂ ਇਹਨਾਂ ਦੇ ਵੱਲੋਂ ਹੁਣ ਤੇਜ਼ ਧੁੱਪ ਦੇ ਵਿੱਚ ਵੀ ਵੱਡੀਆਂ ਵਾਰਦਾਤਾਂ ਕੀਤੀਆਂ ਜਾ ਰਹੀਆਂ ਨੇ। ਤਾਂ ਵੇਖ ਸਕਦੇ ਹੋ ਕਿ ਇਹਨਾਂ ਦੇ ਵੱਲੋਂ ਬੜੇ ਸ਼ਾਤਿਰ ਤਰੀਕੇ ਦੇ ਨਾਲ ਇਸ ਸਕੂਟੀ ਨੂੰ ਚੋਰੀ ਕੀਤਾ ਗਿਆ ਹੈ। ਤਾਂ ਇਹਨਾਂ ਦੇ ਵਿੱਚੋਂ ਇੱਕ ਜਿਹੜਾ ਚੋਰ ਹੁੰਦਾ ਉਹ ਸੜਕ 'ਤੇ ਖੜ੍ਹਾ ਹੁੰਦਾ ਜੋ ਕਿ ਧਿਆਨ ਰੱਖੀ ਬੈਠਾ ਹੁੰਦਾ, ਜਦਕਿ ਦੂਸਰਾ ਸ਼ਖਸ ਗਲੀ ਦੇ ਵਿੱਚ ਜਾ ਕੇ ਸਕੂਟੀ ਨੂੰ ਚੋਰੀ ਕਰਦਾ, ਜਿਸ ਤੋਂ ਬਾਅਦ ਇਹ ਦੋਨੇ ਮੌਕੇ ਤੋਂ ਫਰਾਰ ਹੋ ਜਾਂਦੇ ਨੇ। ਤਾਂ ਸਕੂਟੀ ਸਵਾਰ ਜਦ ਆਪਣੇ ਘਰ ਤੋਂ ਬਾਹਰ ਆ ਕੇ ਵੇਖਦਾ ਤਾਂ ਉਸਨੂੰ ਸਕੂਟੀ ਨਹੀਂ ਦਿਖਦੀ, ਜਿਸ ਤੋਂ ਬਾਅਦ ਜਦ ਉਹ CCTV ਕੈਮਰੇ ਚੈੱਕ ਕਰਦੇ ਨੇ ਤਾਂ ਉਹਨਾਂ ਨੂੰ ਇਸ ਵਾਰਦਾਤ ਬਾਰੇ ਪਤਾ ਲੱਗਦਾ, ਜਿਸ ਤੋਂ ਬਾਅਦ ਇਸ ਸੰਬੰਧੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਹੈ। ਤਾਂ ਪੁਲਿਸ ਦੇ ਵੱਲੋਂ ਹੁਣ CCTV ਦੇ ਆਧਾਰ 'ਤੇ ਇਹਨਾਂ ਚੋਰਾਂ ਦੀ ਭਾਲ ਕੀਤੀ ਜਾ ਰਹੀ ਹੈ। ਤਾਂ ਤੇਜ਼ ਧੁੱਪ ਦੇ ਵਿੱਚ ਜਿੱਥੇ ਗਲੀਆਂ ਖਾਲੀ ਹੁੰਦੀਆਂ ਨੇ ਤਾਂ ਲੋਕ ਆਪਣੇ ਘਰਾਂ ਦੇ ਵਿੱਚ ਬੈਠੇ ਹੁੰਦੇ ਨੇ, ਉਸ ਸਮੇਂ ਚੋਰ ਵੱਡੀਆਂ ਵਾਰਦਾਤਾਂ ਕਰ ਜਾਂਦੇ ਨੇ। ਤਾਂ ਸੁਨਸਾਨ ਗਲੀ ਦੇ ਵਿੱਚ ਖੜੀ ਇਹਨਾਂ ਚੋਰਾਂ ਦੇ ਵੱਲੋਂ ਸਕੂਟੀ ਨੂੰ ਚੋਰੀ ਕੀਤਾ ਗਿਆ ਅਤੇ ਸਾਰੀ ਵਾਰਦਾਤ ਕੋਲ ਲੱਗੇ CCTV ਕੈਮਰੇ ਦੇ ਵਿੱਚ ਕੈਦ ਹੋ ਜਾਂਦੀ ਹੈ। ਤਾਂ ਤਸਵੀਰਾਂ ਵਿੱਚ ਵੇਖ ਸਕਦੇ ਹੋ ਕਿ ਬਾਈਕ 'ਤੇ ਦੋ ਚੋਰ ਆਉਂਦੇ ਨੇ, ਜਿਨ੍ਹਾਂ ਦੇ ਵਿੱਚੋਂ ਇੱਕ ਕੰਨ 'ਤੇ ਫੋਨ ਲਗਾ ਕੇ ਇੱਕ ਗਲੀ ਦੇ ਵਿੱਚ ਦਾਖਲ ਹੁੰਦਾ, ਜਿਸ ਤੋਂ ਬਾਅਦ ਉਹ ਇੱਕ ਸਕੂਟੀ ਨੂੰ ਵੇਖਦਾ, ਫਿਰ ਉਸਦੇ ਬੈਠਦਾ ਅਤੇ ਸਟਾਰਟ ਕਰਕੇ ਮੌਕੇ ਤੋਂ ਫਰਾਰ ਹੋ ਜਾਂਦਾ। ਤਾਂ 2 ਮਿੰਟ ਦੇ ਵਿੱਚ ਹੀ ਇਹਨਾਂ ਦੇ ਵੱਲੋਂ ਇਸ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਤਾਂ ਦੱਸਦੇ ਕਿ ਮਾਮਲਾ ਜਲੰਧਰ ਤੋਂ ਸਾਹਮਣੇ ਆਇਆ, ਜਿੱਥੇ ਚੋਰਾਂ ਦੇ ਹੌਸਲੇ ਲਗਾਤਾਰ ਬੁਲੰਦ ਹੁੰਦੇ ਜਾ ਰਹੇ ਨੇ। ਤਾਂ ਇਹਨਾਂ ਦੇ ਵੱਲੋਂ ਹੁਣ ਤੇਜ਼ ਧੁੱਪ ਦੇ ਵਿੱਚ ਵੀ ਵੱਡੀਆਂ ਵਾਰਦਾਤਾਂ ਕੀਤੀਆਂ ਜਾ ਰਹੀਆਂ ਨੇ।
ਤਾਂ ਵੇਖ ਸਕਦੇ ਹੋ ਕਿ ਇਹਨਾਂ ਦੇ ਵੱਲੋਂ ਬੜੇ ਸ਼ਾਤਿਰ ਤਰੀਕੇ ਦੇ ਨਾਲ ਇਸ ਸਕੂਟੀ ਨੂੰ ਚੋਰੀ ਕੀਤਾ ਗਿਆ ਹੈ। ਤਾਂ ਇਹਨਾਂ ਦੇ ਵਿੱਚੋਂ ਇੱਕ ਜਿਹੜਾ ਚੋਰ ਹੁੰਦਾ ਉਹ ਸੜਕ 'ਤੇ ਖੜ੍ਹਾ ਹੁੰਦਾ ਜੋ ਕਿ ਧਿਆਨ ਰੱਖੀ ਬੈਠਾ ਹੁੰਦਾ, ਜਦਕਿ ਦੂਸਰਾ ਸ਼ਖਸ ਗਲੀ ਦੇ ਵਿੱਚ ਜਾ ਕੇ ਸਕੂਟੀ ਨੂੰ ਚੋਰੀ ਕਰਦਾ, ਜਿਸ ਤੋਂ ਬਾਅਦ ਇਹ ਦੋਨੇ ਮੌਕੇ ਤੋਂ ਫਰਾਰ ਹੋ ਜਾਂਦੇ ਨੇ। ਤਾਂ ਸਕੂਟੀ ਸਵਾਰ ਜਦ ਆਪਣੇ ਘਰ ਤੋਂ ਬਾਹਰ ਆ ਕੇ ਵੇਖਦਾ ਹੈ ਤਾਂ ਉਸਨੂੰ ਸਕੂਟੀ ਨਹੀਂ ਦਿਖਦੀ, ਜਿਸ ਤੋਂ ਬਾਅਦ ਜਦ ਉਹ CCTV ਕੈਮਰੇ ਚੈੱਕ ਕਰਦੇ ਨੇ ਤਾਂ ਉਹਨਾਂ ਨੂੰ ਇਸ ਵਾਰਦਾਤ ਬਾਰੇ ਪਤਾ ਲੱਗਦਾ, ਜਿਸ ਤੋਂ ਬਾਅਦ ਇਸ ਸੰਬੰਧੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਹੈ। ਤਾਂ ਪੁਲਿਸ ਦੇ ਵੱਲੋਂ ਹੁਣ CCTV ਦੇ ਆਧਾਰ 'ਤੇ ਇਹਨਾਂ ਚੋਰਾਂ ਦੀ ਭਾਲ ਕੀਤੀ ਜਾ ਰਹੀ ਹੈ।